ਗਦੜਵਾਹਾ ਨਿਵਾਸੀ ਇੱਕ ਨੌਜਵਾਨ ਨੇ ਫਾਈਨੈਂਸਰਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਦੀ 3 ਦਿਨਾਂ ਬਾਅਦ ਨਹਿਰ ਵਿੱਚੋਂ ਲਾਸ਼ ਪ੍ਰਾਪਤ ਹੋਈ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਇੱਧਰ ਉੱਧਰ ਭੇਜ ਰਹੇ ਹਨ, ਜਿਸ ਕਾਰਨ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਰਿਹਾ। ਗਿੱਦੜਵਾਹਾ ਨਿਵਾਸੀ ਅਨਿਲ ਕੁਮਾਰ ਗੱਗੀ ਨਾਮੀ ਨੌਜਵਾਨ ਨੇ 3 ਦਿਨ ਪਹਿਲਾਂ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਨੋਟ ਵਿੱਚ ਨੌਜਵਾਨ ਨੇ ਫਾਈਨੈਂਸਰਾਂ ਵੱਲੋਂ ਕੁੱਟਮਾਰ ਅਤੇ ਜ਼ਲੀਲ ਕਰਨ ਦੇ ਦੋਸ਼ ਲਾਏ। ਮ੍ਰਿਤਕ ਨੌਜਵਾਨ ਦੇ ਵਾਰਸਾਂ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ, ਸਗੋਂ ਉਸ ਦੀ ਲਾਸ਼ ਨੂੰ ਗਿੱਦੜਵਾਹਾ ਤੋਂ ਫਰੀਦਕੋਟ ਭੇਜ ਦਿੱਤਾ, ਜਿੱਥੇ ਫਰੀਦਕੋਟ ਵਾਲੇ ਨੇ ਲਾਸ਼ ਮੁੜ ਗਿੱਦੜਵਾਹਾ ਹਸਪਤਾਲ ਵਿੱਚ ਭੇਜ ਦਿੱਤੀ। ਵਾਰਸਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਲਾਸ਼ ਦਾ ਪੋਸਟਮਾਰਟਮ ਨਾ ਹੋਇਆ ਤਾਂ ਉਹ ਮ੍ਰਿਤਕ ਦੇਹ ਨੂੰ ਚੌਂਕ ਵਿੱਚ ਰੱਖ ਕੇ ਜਾਮ ਲਗਾਉਣਗੇ। ਸੋਮਵਾਰ ਤੋਂ ਜੀ ਸੀ, ਸੋਮਵਾਰ ਤੋਂ ਮੇਰਾ ਭਰਾ ਮੱਚਿਆ ਸੀਗਾ ਜੀ। ਦੋ ਦਿਨ ਹੋ ਗਏ, ਦੋ ਦਿਨਾਂ ਬਾਅਦ ਡੈਡ ਬੋਡੀ ਮਿਲੀ ਜੀ। ਅਤੇ ਦੋ ਦਿਨ ਹੋ ਗਏ ਹੁਣ ਸਾਨੂੰ ਲਮਕਾਈ ਜਾਂਦੇ ਆ, ਕਦੇ ਫਰੀਦਕੋਟ ਜੀ, ਕਦੇ ਗਿੱਦੜਵਾ, ਕਦੇ ਫਰੀਦਕੋਟ ਗਿੱਦੜਵਾ ਜੀ। ਹੁਣ ਦੁਬਾਰਾ ਫਿਰ ਅਸੀਂ ਗਿੱਦੜਵਾ ਲੈ ਕੇ ਆਏ, ਸਾਡੀ ਕੋਈ ਸੁਣਦੇ ਨਹੀਂ ਪਏ ਤੁਹਾਡੀ ਜੀ। ਕਾਹਦੇ ਲਈ ਨਹੀਂ ਸੁਣਦੇ, ਕੀ ਕਾਰਨ? ਕਾਰਨ ਇਹੀ ਹੈ ਬਸ, ਨਾ ਕੋਈ ਉਹਨਾਂ 'ਤੇ ਕਾਰਵਾਈ ਕਰਦੇ ਪਏ, ਦੱਸਣਾ ਜੀ ਉਹਨਾਂ ਦੀ ਕਿੰਨਾ 'ਤੇ ਮੁੰਡਿਆਂ ਦੇ ਮੁੰਡੇ ਸ਼ਰਾਬ ਉੱਥੇ ਖਾਈ ਪੀ ਜਾਂਦੇ, ਦਾਰੂਆਂ ਪੀ ਜਾਂਦੇ ਸੋਈ। ਉਵੇਂ ਤੁਹਾਨੂੰ ਕਿਹੜੇ ਮੁੰਡੇ ਜਿਹਨਾਂ ਅਸੀਂ ਜਿਹਨਾਂ ਸਾਡੇ ਮੇਰੇ ਭਰਾ ਨੂੰ ਮਾਰਿਆ ਹੈਗਾ, ਕਾਲਾ ਵਿਪਾਸ਼ੂ ਹੋ ਗਿਆ, ਅਤੇ ਗਿਲਜਾਲਾ ਮੁੰਡਾ ਹੋ ਗਿਆ, ਕੀ ਕਸ਼ਿਸ਼ ਹੋ ਗਿਆ, ਨਿਤਿਨ ਹੋ ਗਿਆ, ਸ਼ਰਾਬ ਪੀੜਦਾ, ਨਾ ਕੋਈ ਉਹਨਾਂ ਨੂੰ ਫੜਦਾ ਪਿਆ ਇਹਨਾਂ ਨੂੰ ਕੋਈ। ਸ਼ਰੇਆਮ ਤੁਰੇ ਫਿਰਦੇ ਤੁਸੀਂ ਦੇਖੇ? ਦੇਖੀਏ ਜੀ। ਪੁਲਿਸ ਨੂੰ ਦੱਸਿਆ ਵੀ ਤੁਰੇ ਫਿਰਦੇ? ਹਾਂਜੀ, ਅੱਜ ਮੁਕਾਇਆ ਸੀ, ਸਾਨੂੰ ਦੱਸਿਆ ਇੱਕ ਬੰਦੇ ਨੂੰ ਫੋਨ ਨੂੰ ਦੱਸਿਆ ਅੱਜ। ਕਿਹਨੂੰ ਦੱਸਿਆ ਸੀਗਾ? ਇੱਧਰ SHO ਸਾਹਿਬ ਨੂੰ ਫੋਨ ਆਇਆ ਸੀ, ਕਿਉਂਕਿ ਬੰਦੇ ਦੱਸ ਕੇ ਆਉਣਾ ਚਾਹੁੰਦਾ। ਫਿਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ? ਕੋਈ ਕਾਰਵਾਈ ਨਹੀਂ ਕੀਤੀ ਜੀ। ਮਾਮਲਾ ਜਿਹੜਾ ਸੁਸਾਈਡ ਕੇਸ ਸੀ ਜੀ, ਉਹਦਾ ਅੱਜ ਇੱਥੇ ਪੋਸਟਮਾਰਟਮ ਹੋਣਾ ਸੀ। ਡਾਕਟਰ ਸਾਹਿਬ ਨੇ ਰਿਕਮੈਂਡ ਕੀਤਾ ਸਾਨੂੰ ਫਰੀਦਕੋਟ GGS ਕਾਲਜ ਦਾ, ਪਰੰਤੂ ਜਦੋਂ ਉੱਥੇ ਬੋਡੀ ਲੈ ਕੇ ਗਏ ਤਾਂ ਉਹਨਾਂ ਨੇ, ਡਾਕਟਰ ਸਾਹਿਬ ਨੇ ਕਿਹਾ ਵੀ ਇਹਦਾ ਪੋਸਟਮਾਰਟਮ ਹੈ ਜਿਹੜਾ ਜਿੱਥੇ ਗਿੱਦੜਵਾ ਹੀ ਹੋਣਾ ਜੀ। ਤਾਂ ਬੋਡੀ ਨੂੰ ਵਾਪਸ ਲਿਆਂਦਾ, ਉਹਦੇ ਉਹਨਾਂ ਦੇ ਘਰਦਿਆਂ 'ਚ ਇਸ ਗੱਲ ਦਾ ਰੋਸ ਸੀ ਜੀ ਵੀ ਅਸੀਂ ਪਹਿਲਾਂ ਫਰੀਦਕੋਟ ਗਏ ਹਾਂ ਅਤੇ ਬਾਅਦ 'ਚ ਵਾਪਸ ਆਏ ਹਾਂ, ਪਰੰਤੂ ਹੁਣ ਡਾਕਟਰ ਸਾਹਿਬ ਨਾਲ ਗੱਲ ਕਰੀਏ ਜੀ, ਉਹਨਾਂ ਨੇ ਇਨਸ਼ੋਰ ਕੀਤਾ ਵੀ ਸਵੇਰੇ ਹੀ ਪੋਸਟਮਾਰਟਮ ਹੋ ਜੂਗਾ ਅਤੇ ਸਭ ਠੀਕ ਹੈ ਜੀ। ਕਿੱਥੋਂ ਆਊਗੀ ਜੀ ਟੀਮ ਹੁਣ ਪੋਸਟਮਾਰਟਮ ਲਈ? ਫਰੀਦਕੋਟ ਤੋਂ ਜੀ, GGS ਮੈਡੀਕਲ। ਅਤੇ ਫਿਰ ਉਹਨਾਂ ਨੇ ਵਾਪਸ ਵੀ ਉੱਥੇ ਹੀ ਭੇਜਿਆ ਜੀ? ਵਾਪਸ ਗਿੱਦੜਵਾ ਭੇਜਿਆ ਭੇਜਿਆ ਵੀ ਫਰੀਦਕੋਟ ਵਾਲਿਆਂ ਨੇ? ਹਾਂਜੀ ਹਾਂ ਸਰ। ਇਹ ਸੁਸਾਈਡ ਕੇਸ ਹੈ ਅਤੇ ਇਸ ਦੇ ਵਿੱਚ ਮਤਲਬ ਜਿਹੜੀ 306 IPC ਲੱਗੀ ਹੋਈ ਹੈਗੀ ਹੈ, ਤਾਂ ਇਸ ਕੇਸ 'ਚ ਸਰ ਇੱਕ ਡਾਇਰੈਕਟੋਰੇਟ ਵੱਲੋਂ ਲੈਟਰ ਇਸ਼ੂ ਹੋਇਆ ਹੋਇਆ ਹੈ, ਤਾਂ ਉਸਦੇ ਰੈਫਰੈਂਸ ਦੇਖ ਕੇ ਮਤਲਬ ਇਸ ਬੋਡੀ ਨੂੰ ਫਰੀਦਕੋਟ ਮੈਡੀਕਲ ਕਾਲਜ ਪੋਸਟਮਾਰਟਮ ਲਈ ਰੈਫਰ ਕੀਤਾ ਗਿਆ ਸੀ। ਬਟ ਉੱਥੋਂ ਦੇ ਮਤਲਬ ਜਿਹੜੇ ਹੈੱਡ ਹੈ ਫੋਰੈਂਸਿਕ ਡਿਪਾਰਟਮੈਂਟ ਦੇ, ਡਾਕਟਰ ਅਜੀਤ ਜੋਸ਼ੀ, ਉਹਨਾਂ ਨੇ ਮਤਲਬ ਇੱਕ ਵਾਰੀ ਇਹਨੂੰ ਰਿਵਰਟ ਕਰ ਦਿੱਤਾ ਹੈ ਨੋਟ ਅਵੈਲਿਡ ਰੀਜ਼ਨ ਕਰਕੇ। ਉਹ ਸਵੇਰੇ ਉਹਨਾਂ ਤੋਂ ਗੱਲ ਕਰਕੇ, ਉਹਨਾਂ ਨਾਲ ਕਲੀਅਰ ਕਰਕੇ, ਇਸ ਦੇ ਸੰਬੰਧੀ ਜੇ ਇੱਥੇ ਹੁੰਦਾ ਹੋਇਆ ਤਾਂ ਫਿਰ ਇੱਥੇ ਜਾਂ ਫਿਰ ਉੱਥੇ, ਜਿਵੇਂ ਵੀ। ਗਿੱਦੜਵਾਹਾ ਤੋਂ ਸੋਨੀ ਡੇਲਾ ਦੀ ਰਿਪੋਰਟ।